ਬਠਿੰਡਾ ਦੇ ਪਿੰਡ ਪੂਲਾ ਵਿਖੇ ਇੱਕ ਕਿਸਾਨ ਵੱਲੋਂ ਆੜਤੀਏ ਦੇ ਖਿਲਾਫ ਲਾਈਵ ਹੋ ਕੇ ਕੀਤੀ ਆਤਮ ਹੱਤਿਆ। ਮ੍ਰਿਤਕ ਕਿਸਾਨ ਦੀ ਪਤਨੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਆੜਤੀਆ ਲੰਬੇ ਸਮੇਂ ਤੋਂ ਉਹਨਾਂ ਦੇ ਪੈਸੇ ਆਪਣੇ ਵਿੱਚ ਰੱਖ ਰਿਹਾ ਸੀ ਤੇ ਉਹਨਾਂ ਨੂੰ ਕਹਿ ਰਹੇ ਸੀ ਕਿ ਤੁਹਾਨੂੰ ਬਾਅਦ ਦੇ ਵਿੱਚ ਜ਼ਮੀਨ ਲੈ ਕੇ ਦੇ ਦੇਵੇਗਾ। ਲੇਕਿਨ ਹੁਣ ਜਦੋਂ ਅਸੀਂ ਉਹਨਾਂ ਦੇ ਨਾਲ ਗੱਲ ਕੀਤੀ ਤਾਂ ਉਹਨਾਂ ਵੱਲੋਂ ਕੁਝ ਚੈੱਕ ਵੀ ਸਾਡੇ ਤੋਂ ਲਏ ਗਏ, ਖਾਲੀ ਚੱਕਾਂ ਦੇ ਸਾਈਨ ਵੀ ਕਰਵਾਏ ਗਏ ਤੇ ਹੁਣ ਜਦੋਂ ਅਸੀਂ ਉਹਨਾਂ ਤੋਂ ਆਪਣੇ ਪੈਸੇ ਦੀ ਮੰਗ ਕੀਤੀ ਤਾਂ ਉਸਨੇ ਸਾਨੂੰ ਬਿਲਕੁਲ ਹੀ ਪੱਲਾ ਝਾੜ ਦਿੱਤਾ। ਉਸਨੇ ਕਿਹਾ ਕਿ ਉਲਟਾ ਸਮਾਂ ਦੀ ਤੁਹਾਡੇ ਉਲਟ ਮੈਂ ਚੈੱਕ ਵੀ ਲਗਾਵਾਂਗਾ, ਮੈਂ ਤੁਹਾਡੇ ਕੋਈ ਪੈਸੇ ਨਹੀਂ ਦੇਣੇ। ਜਿਸ ਨੂੰ ਲੈ ਕੇ ਇਹ ਕਿਸਾਨ ਪਰੇਸ਼ਾਨ ਰਹਿਣ ਲੱਗ ਗਿਆ ਤੇ ਇਸਨੇ ਅੱਜ ਸਵੇਰੇ ਫੇਸਬੁੱਕ ਤੇ ਲਾਈਵ ਹੋ ਕੇ ਆਪਣੇ ਆਪ ਨੂੰ ਫੰਦਾ ਲਗਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਇਹ ਤਸਵੀਰ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਬਠਿੰਡਾ ਦੇ ਪਿੰਡ ਪੂਲਾ ਦੇ ਉਸ ਕਿਸਾਨ ਦੀ ਜਿਸ ਨੇ ਲਾਈਵ ਹੋ ਕੇ ਆੜਤੀ ਦੇ ਉੱਤੇ ਪੈਸੇ ਦੇ ਲੈਣ ਦੇਣ ਨੂੰ ਲੈ ਕੇ ਇਲਜ਼ਾਮ ਲਗਾਏ ਨੇ ਤੇ ਉਸ ਤੋਂ ਬਾਅਦ ਉਸਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਕਿਹੜਾ ਪਿੰਡ? ਪੂਲਾ ਹੀ। ਕੀ ਗੱਲ ਹੋਈ ਹੈ ਜੀ? ਜਿਹੜੇ ਸਾਡਾ ਹੀ ਆੜਤੀ ਨੇ ਕਰੀਏ ਸਰ ਹੀਰਾ ਫੇਰੀ ਹਰਚੰਦ ਸਿੰਘ ਦੇ ਨਾਲ ਮੇਰੇ ਘਰ ਵਾਲੇ ਨਾਲ ਕੀ ਗੱਲ ਹੋਈ? ਕਿਸ ਤਰ੍ਹਾਂ ਕੀ? ਆਪਾਂ ਵੀ ਬਾਣ ਕਰਦੇ ਹੁੰਦੇ ਸੀ 35-40 ਕਿੱਲਿਆਂ ਦਾ। ਉਹ ਹਰੇਕ ਵਾਰ ਐਂ ਕਹਿੰਦਾ ਹੁੰਦਾ ਸੀ ਮੈਂ ਤੈਨੂੰ 4-5 ਕਿੱਲੇ ਬਾਣ ਦੇ ਲੈ ਲੂੰ ਘਰੇ ਨਾਲ, ਵੀ ਆਹ ਕਰਨ ਲਈ ਪੈਸੇ ਨਾ ਖਰਾਬ ਕਰੀ, ਮੇਰੇ 'ਚ ਹੀ ਰੱਖੀ ਜਾ। ਅੱਛਾ ਜੀ, ਕਿੰਨੇ ਪੈਸੇ ਕਿੰਨੇ ਰੱਖ ਲਏ ਜੀ? ਹੋਣਗੇ 40-45 ਲੱਖ ਰੁਪਏ ਵਾਂਗੂ। ਤੇ ਇਸ ਤਰ੍ਹਾਂ ਲਈ ਨਹੀਂ ਹੈਗੇ ਸੀ ਪੈਸੇ, ਹੀ ਅਸੀਂ ਜਮ੍ਹਾਂ ਹੀ ਕਰੀ ਗਏ ਹਾਂ ਉਹਦੇ ਵਿੱਚ। ਤੇ ਇਸ ਤਰ੍ਹਾਂ ਦੀ ਠੱਗੀ ਮਾਰੀ ਕਿਵੇਂ, ਕਿਸ ਤਰ੍ਹਾਂ, ਕੀ ਢੰਗ ਨਾਲ ਜੀ? ਕੋਈ ਚੈੱਕ ਦਿੱਤੇ ਜਾਂ? ਹਾਂਜੀ ਚੈੱਕ ਦਿੱਤੇ ਹੋਏ ਆ, 7-8 ਦਿਨ ਹੋ ਗਏ, ਉਹਦੇ ਵੀ ਚੈੱਕ ਲੈ ਕੇ ਗਿਆ 4। ਖਾਲੀ ਚੈੱਕਾਂ ਦੇ ਸਾਈਨ ਕਰਾ ਕੇ? ਹਾਂਜੀ ਖਾਲੀ ਚੈੱਕਾਂ ਦੇ ਸਾਈਨ ਕਰਾ ਕੇ ਲੈ ਕੇ ਗਿਆ। ਕਹਿੰਦਾ ਘਰੇ ਵੀ ਨਹੀਂ ਆਇਆ, ਕਹਿੰਦਾ ਬਾਹਰੀ ਪੜਾ ਕੇ ਜਾ ਕਾਲੇ ਮੈਨੂੰ, ਤੇ ਮੈਂ ਬਾਹਰ 'ਚ ਖੜਾਂਗਾ ਤੁਹਾਡੀ ਗੱਡੀ ਲਈ ਤੇ ਮੈਨੂੰ ਚੈੱਕਾਂ ਫੜ ਜਾ, ਮੈਂ ਐਂਟਰੀਆਂ ਕਰਨੀਆਂ ਨੇ ਤੇਰੇ ਖਾਤੇ ਵਿੱਚ ਪੈਸੇ ਦੇਣ ਵਾਸਤੇ ਤੈਨੂੰ, ਚੱਲ ਤੂੰ ਆਪਦੇ ਲੈ ਲਾ ਹੁਣ। ਫਿਰ ਕੋਈ ਨਹੀਂ ਪਾਏ। ਫਿਰ ਅੱਜ ਕੀ ਗੱਲ ਹੋਈ ਆ ਜਿਹੜੀ ਜੀ? ਪਤਾ ਨਹੀਂ ਜੀ, ਕੱਲ੍ਹ ਵੀ ਉਹਨੂੰ ਕੋਈ ਬਾਹਰੋਂ ਧਮਕਾਇਆ ਧਮਕੂਇਆ ਗਾ ਵੀ ਇੱਦਾਂ ਕਰ ਲਾ, ਜਿਹੜਾ ਕੁਛ ਕਰਨਾ ਮੈਂ ਤਾਂ ਦਿੰਦਾ ਨਹੀਂ ਹੈਗਾ ਪੈਸੇ। ਤੇ ਫਿਰ ਅੱਜ ਕੀ ਕਹੇ ਮੈਂ ਕਰ ਲਿਆ ਘਰ ਰੱਖੀ? ਹਾਂਜੀ ਤੱਕ ਕੇ ਬਾਹਰ ਲੈ ਲਿਆ ਜੀ। ਮੇਰਾ ਨਾਂ ਜੀ ਬਲਜਿੰਦਰ ਸਿੰਘ ਹੈ ਜੀ। ਕਿਹੜਾ ਪਿੰਡ? ਮੇਰਾ ਪਿੰਡ ਠੱਠੀ ਭਾਈ ਹੈ ਜੀ। ਤੇ ਮ੍ਰਿਤਕ ਕੀ ਲੱਗਦੇ? ਮ੍ਰਿਤਕ ਜੀ ਮੇਰੇ ਮਾਮਾ ਜੀ ਦਾ ਲੜਕਾ ਸੀ। ਤੇ ਕਾਰਨ ਕੀ ਹੋਇਆ ਜੀ? ਕਾਰਨ ਬਸ ਜੀ, ਇੱਕ ਬਲਜਿੰਦਰ ਸਿੰਘ ਬਿੰਦੀ ਹੈ ਆੜਤੀ ਹੈ ਇਹਦਾ, ਇੱਕ ਯਾਦਵਿੰਦਰ ਸਿੰਘ ਜਾਦੂ ਹੈ ਤੇ ਉਹ ਵੀ ਇਹਨਾਂ ਪੂਲੇ ਦਾ ਹੀ ਹੈ। ਉਹਨਾਂ ਨੇ ਜੀ ਇਹਦੇ ਕੋਈ 40 ਲੱਖ ਰੁਪਏ ਦਾ ਫਰੋਡ ਦੱਸਦਾ ਜੀ ਮੇਰੇ ਨਾਲ, 40 ਲੱਖ ਰੁਪਏ ਦਾ ਫਰੋਡ ਕੀਤਾ ਬਾਈ ਜੀ। ਮੈਂ ਇਸ ਤੋਂ ਦੁਖੀ ਹੋ ਕੇ ਮੈਂ ਆਪਦੀ ਜੀਵਨ ਲੀਲਾ ਸਮਾਪਤ ਕਰਨ ਲੱਗਿਆ। ਇਦੋਂ 2 ਦਿਨ ਪਹਿਲਾਂ ਮੇਰੇ ਕੋਲ ਫੋਨ ਆਇਆ ਜੀ, ਮੇਰੇ ਕੋਲ ਬਕਾਇਦਾ ਰਿਕਾਰਡਿੰਗਾਂ ਪਈਆਂ ਇਹਦੀਆਂ। ਮੈਂ ਇਹਨੂੰ ਕਿਹਾ ਮੈਂ ਕੋਈ ਗੱਲ ਨਹੀਂ ਕਾਲੇ, ਵੀ ਇਹ ਮਸਲੇ ਹੱਲ ਹੋ ਜਾਂਦੇ ਹੁੰਦੇ ਆ, ਵੀ ਮਰਨਾ ਤਾਂ ਨਹੀਂ ਜ਼ਰੂਰੀ, ਵੀ ਜ਼ਿੰਦਗੀ ਵਾਰ ਵਾਰ ਨਹੀਂ ਮਿਲਦੀ। ਕਹਿੰਦਾ ਨਹੀਂ ਬਾਈ ਜੀ, ਕਹਿੰਦਾ ਮੈਂ ਬਹੁਤ ਦੁਖੀ ਹਾਂ ਅਤੇ ਮੈਂ ਅਖੀਰਲੀ ਵਾਰ ਮੈਂ ਤੈਨੂੰ ਦੱਸ ਚੱਲਿਆ ਵੀ ਜੋ ਵੀ ਇਹਦਾ ਵੀ ਰਿਕਾਰਡ ਹੈ ਮੇਰੇ ਮੋਬਾਈਲ ਦੇ ਵਿੱਚ ਪਿਆ ਹੈਗਾ। ਉਹ ਕਹਿੰਦਾ ਆ ਕੇ ਤੂੰ ਦੇਖ ਲਈ। ਅਤੇ ਮੈਂ ਕਿਹਾ ਵੀ ਤੂੰ ਦੁਖੀ ਕਿਹੜੀ ਗੱਲ ਤੋਂ? ਕਹਿੰਦਾ ਬਾਈ ਜੀ ਜਿਹੜਾ ਵੀ ਇਹ ਬਲਜਿੰਦਰ ਸਿੰਘ ਬਿੰਦੀ ਹੈ, ਇਹਦੇ ਮੈਂ ਫਸਲ ਵੇਚਦਾ ਹੁੰਦਾ ਸੀ, ਮੇਰਾ ਆੜਤੀਆ ਸੀਗਾ, ਅਤੇ ਇਹ 2 ਕੁ ਦਿਨ ਉਦੋਂ ਪਹਿਲਾਂ ਇਹ 4 ਚੱਕਾਂ 'ਤੇ ਖਾਲੀਆਂ 'ਤੇ ਸਾਈਨ ਕਰਵਾ ਕੇ ਲੈ ਕੇ ਆਇਆ ਆਪਣਾ ਬਲਜਿੰਦਰ ਸਿੰਘ ਬਿੰਦੀ ਹੈ ਜਿਹੜਾ ਆੜਤੀਆ। ਅਤੇ ਮੈਂ ਇਹਨੂੰ ਪੁੱਛਿਆ ਵੀ ਤੂੰ ਮੇਰੇ ਆਪਣਾ ਵੀ ਕਿਉਂ ਚੱਕਾਂ 'ਤੇ ਸਾਈਨ ਕਰਵਾ ਕੇ ਲੈ ਕੇ ਚੱਲਿਆ? ਇਹ ਕਹਿੰਦਾ ਯਾਰ ਕੋਈ ਗੱਲ ਨਹੀਂ ਆਪਣਾ ਕਾਲੇ, ਮੈਂ ਕਹਿੰਦਾ ਵੀ ਐਂਟਰੀਆਂ ਮਾਰਨੀਆਂ। ਇਹ ਉਸੇ ਦਿਨ ਤੋਂ ਜੀ ਡਿਪਰੈਸ਼ਨ ਦੇ ਵਿੱਚ ਆ ਗਿਆ। ਅਤੇ ਫਿਰ ਜਿਹੜਾ ਇਹ ਅੱਜ ਇਹ ਵਾਕਾ ਹੋਇਆ ਹੈਗਾ, ਕੋਈ ਧਮਕੀ ਧੁਮਕੀ ਦਿੱਤੀ ਗਈ ਇਹਨਾਂ ਨੂੰ? ਹਾਂਜੀ, ਇਦੋਂ ਪਹਿਲਾਂ ਇਹ ਹੋ ਗਿਆ ਜੀ ਹਫ਼ਤਾ ਕੁ, ਉਦੋਂ ਪਹਿਲਾਂ ਵੀ ਧਮਕੀਆਂ ਦਿੰਦੇ ਰਹੇ ਆ। ਇਹ ਆਪਣਾ ਜਿਹੜਾ ਬਲਜਿੰਦਰ ਸਿੰਘ ਹੈ ਬਿੰਦੀ ਹੈ, ਇਹਦਾ ਆੜਤੀ ਹੈਗਾ। ਅਤੇ ਬਾਕੀ ਇਹ ਕੋਈ ਇਹਨਾਂ ਦਾ ਕੋਈ ਹੋਰ ਮਾੜਾ ਮੋਟਾ ਕੋਈ ਲੈਣ ਦੇਣ? ਮੈਨੂੰ ਇਹ ਕਿਹਾ ਵੀ ਕਿਸੇ ਕੋਈ ਗੱਲ ਨਹੀਂ, ਅਸੀਂ ਰਿਸ਼ਤੇਦਾਰ ਇਕੱਠੇ ਕਰਾਂਗੇ ਕਾਲਿਆ, ਵੀ ਤੂੰ ਕੋਈ ਇਹੋ ਜਿਹੀ ਕੋਈ ਗਲਤ ਸਟੈਪ ਨਾ ਚੱਕੀ ਅਤੇ ਆਪਾਂ ਬਹਿ ਕੇ ਵੀ ਨਜਿੱਠ ਲਾਂਗੇ। ਅਤੇ ਬਸ ਇਹ ਕਹਿੰਦਾ ਵੀ ਕਹਿੰਦਾ ਨਹੀਂ ਬਾਈ, ਜੋ ਵੀ ਕਹਿੰਦਾ ਵੀ ਮੇਰੇ ਮੋਬਾਈਲ ਦੇ ਵਿੱਚ ਐਡ ਹੈ। ਫਿਰ ਇਹ ਆੜਤੀਆ ਜਿਹੜਾ ਇੱਕ ਪੈਸੇ ਪੂਸੇ ਲੈਣ ਗਿਆ ਜੀ ਉਹਨਾਂ ਤੋਂ, ਆੜਤੀਆ ਬੋਲਿਆ ਮੈਂ ਕੋਈ ਪੈਸਾ ਨਹੀਂ ਇਹਨੂੰ ਦੇਣਾ ਗਾ, ਤੂੰ ਜਿਹੜਾ ਕੁਛ ਧਮਕੀਆਂ ਦਿੱਤੀਆਂ ਉਹ ਕਹਿੰਦਾ ਵੀ ਜਿਹੜਾ ਕੁਛ ਤੂੰ ਕਰਨਾ ਕਾਲਿਆ ਮੇਰਾ ਕਰ ਲਈ, ਮੈਂ ਤਾਂ ਬਾਹਰ 'ਚ ਲੈ ਜਾਣਾ। ਅੱਜ ਜੀ ਇਹਨਾਂ ਨੇ ਸੁਬਹਾ ਜਿਹੜੀ ਦੀ 2:30-3 ਵਜੇ ਲੈਬ ਹੋਇਆ ਹੈਗਾ, ਅਤੇ ਸਾਰੇ ਆਪਣੇ ਫੇਸਬੁੱਕ 'ਤੇ ਵੀ ਲੈਬ ਹੋਇਆ। ਇਹਨੇ ਇਹੋ ਗੱਲ ਕਹੀ ਵੀ ਬਾਈ ਜੀ ਮੇਰੇ ਨਾਲ ਵੀ ਇਹ ਦੋਨੇ ਬੰਦੇ, ਇਹਨਾਂ ਤੋਂ ਮੈਂ ਦੁਖੀ ਹੋ ਕੇ ਕਹਿੰਦਾ ਵੀ ਮੈਂ ਆਪਦੀ ਆਤਮ ਹੱਤਿਆ ਕਰਨ ਲੱਗਿਆ ਗਾ, ਵੀ ਮੇਰੇ ਨਾਲ ਵੀ ਇਹ ਜਿਹੜਾ ਕੋਈ ਜੇ ਫਾਰਮ ਸੀਗਾ ਇਦੋਂ ਪਹਿਲਾਂ ਜੀ, ਇਹਦਾ ਝੋਨੇ ਮੌਕੇ 14,42,000 ਰੁਪਏ ਦੀ ਫਸਲ ਹੋਈ ਸੀ। 14,42,000 ਦੇ ਵਿੱਚੋਂ ਇਹਨੇ ਸਿਰਫ ਆੜਤੀ ਨੇ 6 ਲੱਖ ਰੁਪਏ ਕਹਿੰਦਾ ਮੈਨੂੰ ਦਿੱਤਾ, ਇੱਕ ਆਪਣੇ ਹਰਚਰਨ ਸਿੰਘ ਉਰਫ ਕਾਲੇ ਨੇ ਆਪਦੇ ਬਿਆਨੀ ਦੱਸਿਆ ਜੀ। ਬਾਕੀ ਜਿਹੜਾ ਵੀ 8 ਲੱਖ ਰੁਪਏ ਦਾ ਜਾਂ ਬਾਕੀ ਜਿੰਨੇ ਵੀ ਵੱਜਦੇ ਆ ਉਹ ਵੀ ਕਹਿੰਦਾ ਮੇਰੇ ਨਾਲ ਫਰੋਡ ਕੀਤਾ। ਇਹ ਕਹਿੰਦਾ ਜੀ ਮੈਂ ਅੱਜ ਦਿਨਾ ਭਲਕੇ ਦਿਨਾ,
ਇਹਨਾਂ ਦਾ ਮੈਂ ਕਿਹਾ ਵੀ ਤੂੰ ਇੰਨਾ ਵਿਸ਼ਵਾਸ ਕਿਉਂ ਕੀਤਾ? ਇਹ ਕਹਿੰਦਾ ਬਾਈ ਜੀ ਸਾਡਾ ਇੱਕ ਦੂਜੇ 'ਤੇ ਅਸੀਂ ਭਰਾਵਾਂ ਵਾਂਗੂ ਵਰਤਦੇ ਸੀ, ਵਿਸ਼ਵਾਸ ਬਹੁਤ ਸੀਗਾ। ਮੈਂ ਕਿਹਾ ਵੀ ਮੈਨੂੰ ਸਮਝਾਇਆ ਵੀ ਮੈਂ ਕਿਹਾ ਵੀ ਐਂ ਹਰੇਕ ਬੰਦੇ 'ਤੇ ਵਿਸ਼ਵਾਸ ਨਹੀਂ ਕਰੀ ਜਾਂਦਾ। ਕਹਿੰਦਾ ਬਾਈ ਸਾਨੂੰ ਇੰਨਾ ਹੀ ਵਿਸ਼ਵਾਸ ਸੀਗਾ ਵੀ ਇਹ ਮੈਨੂੰ ਵਿਸ਼ੇ ਦੀ ਅੱਧੀ ਰਾਤ ਆਵਾਜ਼ ਮਾਰ ਲਏ ਮੈਂ ਹਾਜ਼ਰ ਹੁੰਦਾ ਸੀਗਾ। ਅਤੇ ਬਸ ਕਹਿੰਦਾ ਵੀ ਮੈਂ ਇਹਨਾਂ ਦੋਹਾਂ ਬੰਦਿਆਂ ਤੋਂ ਕਹਿੰਦਾ ਦੁਖੀ ਹੋ ਕੇ ਜਿਹੜਾ ਵੀ ਕਿਹੜਾ ਪਿੰਡ ਲੌਂਗੋਵਾਲ ਇਹ ਕੀ ਗੱਲ ਹੋਈ ਹੈ? ਜਿਹੜੇ ਕੌਣ ਸੀਗੇ ਤੁਹਾਡੇ? ਮੇਰੀ ਭੈਣ ਸਿਸਟਰ ਨੇ ਮੇਰੇ ਉਹ ਜੀਜਾ ਜੀ ਸੀ। ਕੀ ਕਾਰਨ ਹੋਇਆ ਜੀ? ਅੱਜ ਇਹਨਾਂ ਨੇ ਆੜਤੀ ਤੋਂ ਪੈਸੇ ਲੈਣੇ ਜੀ, 40-45 ਲੱਖ ਰੁਪਇਆ ਲੈਣਾ ਜੀ। ਉਹ ਕਹਿੰਦਾ ਮੇਰੀ ਜਮ੍ਹਾਂ ਕਰੀ ਚਲੋ, ਜਿੰਨੀ ਕੁ ਮੇਰੇ ਨਾਲ ਗੱਲ ਸ਼ੇਅਰ ਕਰਦੇ ਨੇ ਉੰਨੀ ਕੁ ਮੈਂ ਤੁਹਾਨੂੰ ਦੱਸ ਰਿਹਾ। ਅਤੇ ਮਗਰੋਂ ਉਹ ਕਹਿੰਦਾ ਮੈਂ ਤੁਹਾਨੂੰ 4-5 ਕਿੱਲੇ ਵਾਹਣ 'ਤੇ ਲੈ ਕੇ ਦੇ ਦੂੰਗਾ ਵੀ ਮੇਰੇ ਲਵੇ ਪੈਸੇ ਉਹ ਤੁਹਾਡੇ ਜਮ੍ਹਾਂ ਹੀ ਨੇ, ਬਾਕੀ ਤੁਹਾਨੂੰ ਮੈਂ ਪੈਸਿਆਂ ਦਾ ਵਿਆਜ ਵੀ ਦੇ ਰਿਹਾ ਜਿੰਨੇ ਵੀ ਇਕੱਠੇ ਹੋਈ ਜਾਂਦੇ ਨੇ। ਕਾਹਦੇ ਪੈਸੇ ਸੀਗੇ ਜਿਹੜੇ ਜਮ੍ਹਾਂ ਹੋਏ ਸੀ? ਆਪਣੀ ਫਸਲ ਦੀ ਸੀ, ਖੇਤੀਬਾੜੀ ਦੀ। ਅੱਛਾ ਜੀ। ਅਤੇ ਫਿਰ ਹੁਣ ਜਿਹੜੇ ਅੱਜ ਗੱਲ ਹੋਈ ਹੈ ਕੀ ਗੱਲ ਹੋਈ? ਅੱਜ ਬਸ ਉਹਨਾਂ ਨੂੰ ਉਹਨਾਂ ਤੋਂ ਚੈੱਕ ਲੈ ਗਏ ਸੀ ਵੀ ਨਾਲੇ ਤਾਂ ਜਿਹੜੇ ਪੈਸੇ ਲੈਣੇ ਨੇ ਉਹ ਵੀ ਆਪਣੇ ਗਏ ਵੀ ਮੈਂ ਚੈੱਕ ਭਰ ਕੇ ਤੇਰੇ ਹੋਰ ਲਾਊਂਗਾ ਵੀ ਹੋਰ ਤੇਰੇ ਕਿ ਨਹੀਂ ਕੱਢੂੰਗਾ। ਉਹਦਾ ਮਤਲਬ ਮੁੱਦਾ ਇਹੀ ਹੋਊਗਾ ਨਾ ਫਿਰ ਜਿਹੜੇ ਚੈੱਕ ਲੈ ਕੇ ਗਿਆ। ਅੱਛਾ, ਇਹਨਾਂ ਨੂੰ ਧਮਕਾਇਆ ਗਿਆ ਸੀਗਾ ਕੋਈ? ਹਾਂਜੀ। ਅਤੇ ਫਿਰ ਅੱਜ ਇਹਨਾਂ ਨੇ ਕੀ ਕਰ ਲਿਆ ਜੀ ਇਸ ਤਰ੍ਹਾਂ? ਉਹ ਤਾਂ ਬਸ ਫਿਰ ਬੰਦੇ ਦੇ ਮਾਇੰਡ 'ਤੇ ਡਿਪਰੈਸ਼ਨ ਵਾਂਗੂ ਹੋ ਜਾਂਦਾ ਜੀ, ਅਗਲੇ ਨੇ ਉਹ ਆਪਦਾ ਸੁਸਾਈਡ ਕਰ ਲਈ ਉਹਨਾਂ ਨੇ। ਕਾਹਦੇ ਨਾਲ ਕਰ ਲਈ? ਕਿਸ ਤਰ੍ਹਾਂ? ਆਪਣੇ ਰੱਸੇ ਨਾਲ ਲੌਂਕ ਗਈ ਸੀ ਉਹ। ਅੱਛਾ, ਹਾਲ ਹੈ। ਹਾਂਜੀ। ਕੀ ਮੰਗ ਕਰਦੇ ਨੇ? ਮੰਗ ਇਹ ਹੀ ਆ ਵੀ ਜਿਹੜੀ ਉਹਨੇ ਆਪਦੀ ਜਮਾਨ ਕੀਤੀ ਹੈ 4-5 ਕਿੱਲਿਆਂ ਦੀ ਉਹ ਹੋਵੇ, ਬਾਕੀ ਇਹਨਾਂ ਨੂੰ ਜਿਹੜੇ ਵੀ ਇਨਸਾਫ ਆ ਉਹ ਮਿਲੇ ਇਹਨਾਂ ਨੂੰ। ਅਤੇ ਪਿੱਛੇ ਬੱਚੇ ਜਾਂ ਕੋਈ ਹੋਰ ਘਰ 'ਚ ਕੌਣ ਕੌਣ ਛੱਡ ਗਏ? ਬਸ ਇੱਕ ਮੇਰੀ ਸਿਸਟਰ ਆ, ਇੱਕ ਮੇਰਾ ਭਾਣਜਾ, ਇੱਕ ਭਾਣਜੀ। ਕਿੰਨੀ ਕੁ ਉਮਰ ਆ ਬੱਚਿਆਂ ਦੀ? 14-15 ਸਾਲ ਦੀ ਦੋਨਾਂ ਦੀ। ਇਹ ਨਾ ਸਾਨੂੰ ਅੱਜ ਮੋਰਨਿੰਗ 'ਚ ਇਨਫੋਰਮ ਆਈ ਸੀ ਕੰਪਲੇਂਟ ਦੀ, ਅਤੇ ਇਹ ਹਰਚਰਨ ਸਿੰਘ ਉਰਫ ਕਾਲਾ ਅਤੇ ਪੁੱਤਰ ਜਗਜੀਤ ਸਿੰਘ ਵਾਸੀ ਪੁੱਲਾ, ਉਮਰ ਕਰੀਬ 45 ਸਾਲ, ਇਹਨੇ ਆਪਦੇ ਘਰ ਸੁਸਾਈਡ ਕਰ ਲਿਆ ਸੀ। ਕਾਰਨ ਕੀ ਰਿਹਾ ਜੀ? ਅਤੇ ਕਾਰਨ ਇਹ ਕੋਈ ਪੈਸੇ ਦੇ ਲੈਣ ਦੇਣ ਦਾ ਕੋਈ ਸੀਗਾ ਇਹਦੇ ਵਿੱਚ, ਜੋ ਸਾਨੂੰ ਹਜੇ ਪਤਾ ਲੱਗਿਆ, ਬਾਕੀ ਇਹਦੀ ਫਰਦਰ ਇਨਵੈਸਟੀਗੇਸ਼ਨ 'ਚ ਕਲੀਅਰ ਆਜੂਗਾ। ਕਿਸ ਨਾਲ ਕਿਹਾ ਗਿਆ? ਕਿਸ ਨਾਲ? ਹਾਂ, ਉਹ ਅਸੀਂ 2 ਨੇਮ FIR ਦਰਜ ਕੀਤੀ ਆ, ਉਹ ਬਾਕੀ ਇਹਦੀ ਇਨਵੈਸਟੀਗੇਸ਼ਨ ਆਉਣ 'ਤੇ ਬਾਕੀ ਫਿਰ ਅਸੀਂ ਕਲੀਅਰ ਕੱਟ ਕਰ ਦਾਂਗੇ। ਹਾਂ, ਕਿਹੜਾ ਸੀ? 2 ਬੰਦੇ ਜੀ, ਇੱਕ ਆਪਣਾ ਯਾਦਵਿੰਦਰ ਸਿੰਘ ਵਾਲੀ ਸੀ ਜਾਦੂ, ਅਤੇ ਬਲਜਿੰਦਰ ਸਿੰਘ, ਅਤੇ ਅਸੀਂ ਬਾਏ ਨੇਮ ਅਧੀਨ ਧਾਰਾ 386 ਅਸੀਂ ਪਰਚਾ ਦਰਜ ਕੀਤਾ। ਹਾਂਜੀ, ਇਹ ਆਪਾਂ ਇਨਵੈਸਟੀਗੇਸ਼ਨ ਦਾ ਇਹ ਸਾਰੀ ਅਸੀਂ ਕਰ ਰਹੇ ਹਾਂ, ਉਸ ਨੂੰ ਅੱਗੇ ਦੱਸ ਦਿਓ। ਉਹਨੇ ਫੇਸਬੁੱਕ 'ਤੇ ਲਾਈਵ ਹੋ ਕੇ ਹੀ ਇਹਨਾਂ ਬੰਦੇ ਨਾਂ ਲਿਆ ਜੀ, ਇਹਨਾਂ ਤੋਂ ਮੈਂ ਪਰੇਸ਼ਾਨ ਆ ਕੇ ਇਹ ਮੈਂ ਕਦਮ ਚੱਕ ਰਿਹਾ। ਥੈਂਕ ਯੂ। ਜੇ ਤੁਸੀਂ ਚਾਹੁੰਦੇ ਹੋ ਕਿ ਹਰ ਤਰ੍ਹਾਂ ਦੀ ਖਬਰ ਤੁਹਾਡੇ ਤੱਕ ਪਹੁੰਚੇ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਘੰਟੀ ਨੂੰ ਆਲ 'ਤੇ ਕਰੋ।